ਅਸਲਾਮੁਆਲਿਕ ਸਭ ਸ਼ੁਕੀਨਾ ਨੂੰ ਜਨਾਬ ਇੱਕ ਰਿਪੋਰਟ ਅੱਜ ਦੀ ਜਨਾਬ ਦੇਣ ਲੱਗਾ ਕਾਫੀ ਦੋਸਤ ਜਿਹੜੇ ਮੇਰੇ ਟਿਕਟੌਕ ਫਰੈਂਡਸ ਨੇ ਉਹ ਅੱਜ ਦੇ ਸ਼ੌਕ ਦੀ ਰਿਪੋਰਟ ਮੰਗ ਰਹੇ ਨੇ ਜਿਹੜਾ ਸ਼ੋਕ ਆਜ ਹੋਇਆ ਜਨਾਬ ਪੁਨੋ ਖੇਲ ਗਰੁੱਪ ਵਰਸਸ ਭੱਟੀ ਗਰੁੱਪ ਸਰਗੋਦਾ ਬਹੁਤ ਅੱਛਾ ਸ਼ੋਕ ਹੋਇਆ ਜੀ ਕੁਝ ਦਿਨ ਪਹਿਲੇ ਪੁਨੋ ਖੇਲ ਗਰੁੱਪ ਨੇ ਭਾਈ ਇਕਬਾਲ ਖਾਨ ਪੁਨੋ ਖੇਲ ਗਰੁੱਪ ਨੇ ਇੱਕ ਵੀਡੀਓ ਚੈਲੰਜ ਲਾਈ ਸੀ ਪੂਰੇ ਆਲ ਪਾਕਿਸਤਾਨ ਪੰਜਾਬ ਚੈਨਲ ਤੇ ਉਹ ਰਾਫਰੂਕ احمد ਭੱਟੀ ਸਾਹਿਬ ਨੇ ਚੈਲੰਜ ਅਸੈਪਟ ਕੀਤਾ ਸੀ ਤੇ ਜੋੜੇ ਕੀਤੇ ਸਾਨੂੰ ਤੇ ਜਾ ਕੇ ਰਾਹਵਰਾਂ ਦੇ ਜੋੜੇ ਹੋਏ ਸਨ ਜੀ 8 ਨਾਲ ਹੀ ਗੁਜਰਾਤ ਵਾਲਿਆਂ ਨੇ ਚੈਲੰਜ ਅਸੈਪਟ ਕੀਤਾ ਹੀ ਬਾਈ ਇਕਬਾਲ ਖਾਨ ਪੁਨੋ ਖੇਲ 그룹 ਦਾ ਉਹਨਾਂ ਦੇ ਜੋੜੇ ਹੋਏ ਸਨ 2 ਟੋਟਲ 10 ਜੋੜੇ ਹੋਏ ਸਨ ਇੱਕ ਗੁਜਰਾਤ ਵਾਲਿਆਂ ਦਾ ਤੇ ਭੱਟੀ 그룹 ਦਾ ਅਲੱਗ ਜੋੜ ਹੋਇਆ ਉਹਨਾਂ ਦੀ ਜਨਾਬ ਜੀ ਅੱਜ ਦੀ ਡੇਟ ਫਿਕਸ ਹੋ ਗਈ ਅੱਜ ਮੁਰਗੇ ਜਨਾਬ ਜੀ ਮੈਦਾਨ ਦੇ ਵਿੱਚ ਆ ਗਏ ਅੱچھے ਸ਼ੌਕੀਨ ਅੱਛਾ ਪਲੇਟਫਾਰਮ ਮਿਲਿਆ ਤੇ ਉਹਨਾਂ ਦੀ ਰਿਪੋਰਟ ਇਸ ਤਰ੍ਹਾਂ ਦੀ ਰਹੀ ਹੈ ਜਨਾਬ ਪਹਿਲਾ ਮੁਰਗਾ ਲੜਿਆ ਤਿੰਨ ਤੋਂ ਸਾਢੇ ਤਿੰਨ ਮਿੰਟ ਤਕਰੀਬਨ ਭੱਟੀ ਗਰੁੱਪ ਦਾ ਮੁਰਗਾ ਭਾਈ ਨਜਫ ਖਲੀ ਭੱਟੀ ਔਰ ਪੰਨੂ ਖੇਲ ਗਰੁੱਪ ਜਨਾਬ ਉਹਨਾਂ ਕੋਲੋਂ ਪਹਿਲਾ ਮੁਰਗਾ ਭੱਟੀ ਗਰੁੱਪ ਦਾ ਜਿੱਤ ਗਿਆ ਉਸ ਤੋਂ ਬਾਅਦ ਦੂਸਰਾ ਮੁਰਗਾ ਲੜਿਆ ਜਨਾਬ ਤਕਰੀਬਨ ਇੱਕ ਪਾਣੀ ਅੱਛੇ ਮੁਰਗੇ ਲੜਕੇ ਬਾਹਰ ਗਏ ਨੇ ਤੇ ਦੂਸਰੇ ਪਾਣੀ ਵਿੱਚ ਆ ਕੇ ਭੱਟੀ ਗਰੁੱਪ ਦਾ ਜਿੱਤ ਗਿਆ ਪਹਿਲੇ 2.8 ਪੁਆਇੰਟਾਂ ਜੋ ਭੱਟੀ ਗਰੁੱਪ ਆਪਣੇ ਲੈ ਗਿਆ ਤੀਸਰਾ ਮੁਰਗਾ ਚਾਚੇ ਆलम ਸ਼ੇਰ ਅਲਾ ਅੱਤ ਪੀਲਾ ਕੁੱਕੜ ਲੜਿਆ ਜੀ ਉਸ ਭੱਟੀ ਗਰੁੱਪ ਦੇ ਮੁਰਗੇ ਨੂੰ ਤਕਰੀਬਨ ਮਿੰਟ ਡੇਢ ਦੇ ਵਿੱਚ ਵਿੱਚ 60 ਛੜਿਆ ਅੱਛਾ ਹੋ ਗਿਆ ਜਿੱਤ ਗਿਆ ਸਕੋਰ ਟੇਬਲ ਜਿਹੜਾ ਹੈ ਉਹ ਭੱਟੀ ਗਰੁੱਪ 2 ਔਰ ਪੁਨੋਖੇਲ ਗਰੁੱਪ 1 ਹੋ ਗਿਆ ਚੌਥਾ ਮੁਰਗਾ ਲੜਿਆ ਜਨਾਬ ਤਕਰੀਬਨ ਪਹਿਲੇ ਪਾਣੀ ਦੇ ਵਿੱਚ ਅੱਛਾ ਰਿਜ਼ਲਟ ਰਿਹਾ ਹੈ ਭਾਈ ਨਜਫ ਫਲੀ ਭੱਟੀ ਪੁਨੋਖੇਲ ਗਰੁੱਪ ਦੇ ਕੁਕਰ ਦਾ ਪਾਣੀ ਹੋ ਗਿਆ ਵਿੱਚ ਕਿਲਾ ਦੇ ਵੀ ਦੂਸਰੀ ਸਾਈਡਾਂ ਦੇ ਪਾਣੀ ਹੋਏ ਫਿਰ ਦੂਸਰਾ ਪਾਣੀ ਲੜਿਆ ਜਨਾਬ ਜੀ ਜਿਹੜਾ ਭੱਟੀ ਗਰੁੱਪ ਦਾ ਮੁਰਗਾ ਹੈ ਉਹ ਥੋੜੀ ਕੁਸਤੇ ਡਾੜ ਕਰ ਗਿਆ ਪਾਣੀ ਦੂਸਰਾ ਕੰਪਲੀਟ ਹੋ ਗਿਆ ਕਾਣਾ ਕਰ ਗਿਆ ਬਾਈ ਨਜਫ ਵਾਲੇ ਕੁੱਕੜ ਨੂੰ ਫਿਰ ਬੰਦ ਪਾਣੀ ਤੀਸਰਾ ਪਾਣੀ ਉਹ ਤਕਰੀਬਨ ਥੋੜੀ ਜਿਹੀ ਲੜਾਈ ਹੋਈ ਅੱਛਾ ਕਿਲ ਮਾਰਿਆ ਭੱਟੀ ਗਰੁੱਪ ਵਾਲੇ ਮੁਰਗੇ ਨੇ ਪੁਨੋ ਖੈਲ ਗਰੁੱਪ ਦੇ ਮੁਰਗੇ ਨੂੰ ਅਸੀਂ ਦੂਜੀ ਅਕਤ ਹੋਈ ਤਕਰੀਬਨ ਤਕਰੀਬਨ ਕਟਿਆ ਗਿਆ ਲੇਕਿਨ ਅੱਛੀ ਮੁਆਫਜ਼ੀ ਅچھے ਮੁਆਫਜ਼ ਹੋਣ ਦਾ ਜਨਾਬ ਯਕਦਾ ਕੀਤਾ ਬਾਈ ਨਜਫ ਵਾਲੀ ਭੱਟੀ ਨੇ ਉਹਨਾਂ ਨੇ ਨਾਲ ਹੀ ਦੂਜੇ ਪੀਏ ਵਾਲ ਨੂੰ ਅੱਧੀ ਬਾਦੀ ਦੀ ਆਵਾਜ਼ ਕਰਾ ਕੇ ਆਪਣੀ ਮੁਰਗੇ ਦੀ ਅੱਧੀ ਬਾਜ਼ੀ ਜਨਾਬ ਬਚਾ ਲਈ ਇਹ ਅੱਛਾ ਆਦਰ ਦਿਮਾਗੀ ਹੋਰ ਅੱਛੇ ਪਿਵਾਲ ਦੀ ਨਿਸ਼ਾਨੀ ਹੈ ਜੀ ਘੱਟੇ ਕੁੱਕੜ ਦੀ ਅੱਧੀ ਬਾਜ਼ੀ ਬਚਾ ਕੇ ਲੈ ਕੇ ਜਾਣਾ ਉਸ ਤੋਂ ਬਾਅਦ ਜਨਾਬ ਜੀ ਮੁਰਗਾ ਫਿਰ ਲੜਿਆ